ਅਸਲਾਮ ਵਾਲੇਕੁਮ ਜੀ, ਹਾਲੇ ਵੀਰੋ ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਅਤੇ ਅੱਜ ਦੀ ਵੀਡੀਓ ਜਿਹੜੀ ਆ ਬਹੁਤ ਸਪੈਸ਼ਲ ਹੈ, ਕਿਉਂਕਿ ਆਪਣੇ ਕੋਲ ਜਿਹੜੇ ਮਹਿਮਾਨ ਆਏ ਨੇ ਉਹ ਟੋਰਾਂਟੋ ਤੋਂ ਆਏ ਨੇ, ਕੈਨੇਡਾ ਤੋਂ। ਕੀ ਹਾਲ ਹੈ ਸਾਰਿਆਂ ਦਾ? ਠੀਕ ਹੋ? ਬਹੁਤ ਵਧੀਆ ਜੀ। ਹੋਰ ਸਿਹਤ ਵੀ ਠੀਕ ਆ? ਕਿਰਪਾ ਵਾਹਿਗੁਰੂ ਜੀ। ਇਹਨਾਂ ਸਾਰਿਆਂ ਨੂੰ ਇੱਥੇ ਲਿਆਉਣ ਦਾ ਕ੍ਰੈਡਿਟ ਜਾਂਦਾ ਇਹਨੂੰ, ਕਿਉਂਕਿ ਇਹ ਲੈ ਕੇ ਆਇਆ ਨਾ ਸਾਰਿਆਂ ਨੂੰ। ਇਹ ਕਹਿੰਦਾ ਜੀ ਮੈਂ ਜਾਣਾ, ਇਹਦਾ ਮੇਰੇ ਨਾਂ ਦਾ ਤਾਂ ਨਹੀਂ ਪਤਾ, ਕਹਿੰਦਾ ਜਿਹੜਾ ਮੱਝਾਂ ਵਾਲਾ ਮੁੰਡਾ ਹੈ ਨਾ ਜਿਹਦੇ ਵਲੋਗ ਦੇਖਦੇ ਹਾਂ ਆਪਾਂ, ਉਹਨਾਂ ਕੋਲ ਜਾਣਾ ਹੈ। ਅਤੇ ਸਰਦਾਰ ਜੀ ਕਹਿੰਦੇ ਭਾਅ ਜੀ ਸਾਨੂੰ ਲਿਆਉਣ ਵਾਲਾ ਤਾਂ ਆ ਏ। ਮੈਂ ਕਿਹਾ ਚਲੋ ਜੀ ਫਿਰ ਆਪਾਂ ਇਹਦਾ ਹੀ ਥੈਂਕ ਯੂ ਕਰ ਦੇਈਏ, ਕਿਉਂ ਜੀ ਜਿਹੜਾ ਇੱਥੇ ਆਇਆ। ਹੋਰ ਮਾਤਾ ਜੀ ਸਭ ਠੀਕ ਆ? ਕਿਵੇਂ ਲੱਗਾ ਪਾਕਿਸਤਾਨ? ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ? ਕਿੱਥੇ ਕਿੱਥੇ ਗਏ ਹੋ? ਅਸੀਂ ਗਏ ਹਾਂ ਪੰਜਾ ਸਾਹਿਬ, ਹਾਂਜੀ ਸੱਚਾ ਸੌਦਾ, ਨਨਕਾਣਾ ਸਾਹਿਬ ਤੇ ਆਲਮੋਸਟ ਸਾਰੇ ਗੁਰੂ ਘਰ ਦੇਖ ਲਏ। ਅੱਛਾ, ਸਾਰੇ ਗੁਰੂ ਤੇ ਲਾਹੌਰ ਨਹੀਂ ਫਿਰੇ? ਲੈ ਲਾਹੌਰ ਦੇ ਫਿਰ ਲਏ। ਅੱਛਾ, ਵਿਕਾਸ ਨੇ ਦਿਖਾਤਾ ਫਿਰ ਲਾਹੌਰ? ਹਾਂਜੀ ਵਿਕਾਸ ਨੇ ਬਹੁਤ ਸਾਡੇ। ਫਸਟ ਟਾਈਮ ਆਏ ਤੁਸੀਂ? ਹਾਂਜੀ। ਕਹਿੰਦੇ ਜੀ ਨੇ ਲਾਹੌਰ ਨਹੀਂ ਤੱਕਿਆ, ਜੰਮਿਆ ਨਹੀਂ? ਜੰਮਿਆ ਅਸੀਂ ਵਿਕਾਸ ਨੂੰ ਆਖਦੇ ਸੀ, ਅਸੀਂ ਕਿਹਾ ਵੀ ਅਸੀਂ ਜੰਮ ਗਏ ਹੁਣ। ਹਾਂ ਸੱਜੀ ਸਰਦਾਰ ਹੋਣਾ ਨਾ ਬਹਿ ਕੇ ਕਾਫੀ ਦੇਰ ਗੱਪ ਸ਼ੱਪ ਲੱਗੀ, ਗੱਲਾਂ ਬਾਤਾਂ ਕੀਤੀਆਂ। ਉਹ ਦੱਸ ਰਹੇ ਸੀ ਕਿ ਜਿਹੜੇ ਇਹਨਾਂ ਦੇ ਵੱਡੇ ਭਾਈ ਸੀ 47 ਵੇਲੇ ਜਦੋਂ ਰੋਲੇ ਪਏ ਸੀ, ਵੰਡਾ ਪਈਆਂ ਸੀ ਉਹਨਾਂ ਦੇ, ਉਦੋਂ ਇਹਨਾਂ ਦੇ ਵੱਡੇ ਭਾਈ 1.25 ਮਹੀਨੇ ਦੇ ਸੀ ਤੇ ਵੰਡਾ ਪੈ ਗਈਆਂ, ਫਿਰ ਉੱਧਰ ਜਾਣਾ ਪਿਆ। ਇਹ ਇੱਥੋਂ ਉੱਠ ਕੇ ਉੱਧਰ ਗਏ ਸੀ। ਉੱਧਰ ਆਪਣਾ ਪਿੰਡ ਕਿਹੜਾ? ਉੱਧਰ ਸਾਡਾ ਪਿੰਡ ਤਲਵਾੜਾ, ਛੋਟਾ ਜਿਹਾ ਪਿੰਡ ਹੈ ਜੀ। ਇਹ ਕਿੱਥੇ ਪੈਂਦਾ? ਜਲੰਧਰ 'ਚ। ਜਲੰਧਰ 'ਚ? ਹਾਂਜੀ। ਆਦਮਪੁਰ ਦੇ ਲਾਗੇ। ਬਾਕੀ ਜੀ ਦੂਜੀ ਵਿਕਾਸ ਦੀ ਬਹੁਤ ਮਿਹਰਬਾਨੀ, ਇੰਜਨ ਸਾਨੂੰ ਇੱਥੇ ਸੱਦਿਆ ਦਿਖਾਇਆ, ਕੋਈ ਇੱਥੇ ਤੰਗੀ ਨਹੀਂ। ਸਾਨੂੰ ਤਾਂ ਜੀ ਬਹੁਤ ਪਿਆਰ ਮਿਲਿਆ, ਬੇਹੀਰਾ ਤੁਸੀਂ ਇੱਥੇ ਆਓ ਫਿਰ ਤੁਰ ਕੇ ਜਾਓ, ਕੋਈ ਨਹੀਂ ਜੀ ਇੱਥੇ ਜੋ ਦੱਸਦੇ ਆ ਉਹਨੂੰ ਨਾ ਸੁਣੋ, ਬੱਚਿਆਂ ਦੇ ਮਨ 'ਚ ਨਾ ਵਹਿਮ ਪਾਓ। ਅੱਛਾ ਮੈਂ ਤੁਹਾਨੂੰ ਕੁਛ ਪੁੱਛਣਾ ਚਾਹਾਂਗਾ, ਤੁਸੀਂ ਪਾਕਿਸਤਾਨ ਫਸਟ ਟਾਈਮ ਆਏ ਹੋ, ਤੁਹਾਨੂੰ ਕਿਵੇਂ ਲੱਗਾ? ਅੱਛਾ ਤੁਹਾਨੂੰ ਭੈਣ ਜੀ ਜਿਹਨੇ ਪਹਿਲੇ ਬਹੁਤ ਸੋਹਣਾ ਕਿਹਾ ਨਾ, ਉਹਨਾਂ ਕੋਲ ਉਹਨਾਂ ਦੇ ਘਰ ਵਾਲਿਆਂ ਕੋਲ ਵਿਚਾਰ ਪੁੱਛੋ, ਕਹਿੰਦੇ ਨੇ 2 ਕੁ ਵੀਕ ਹੋਰ ਹੈ ਨੇ ਇਹਨਾਂ ਦੇ ਇੰਡੀਆ 'ਚ ਨਾ ਜਿਹੜੇ ਸਪੈਂਡ ਕਰਨੇ, ਕਹਿੰਦੇ ਕਿਸੇ ਤਰੀਕੇ ਨਾਲ 2 ਵੀਕ ਅਸੀਂ। ਅੱਛਾ ਪਾਕਿਸਤਾਨ 'ਚ ਰਹਿਣਾ? ਹਾਂ ਮਤਲਬ ਇਹ ਕਹਿਣਾ ਇਹ ਚਾਹ ਰਹੇ ਨੇ ਕਿ ਜਿੰਨੀ ਦੇਰ ਅਸੀਂ ਵਾਪਸ ਕੈਨੇਡਾ ਨਹੀਂ ਜਾਂਦੇ ਅਸੀਂ ਇੱਥੇ ਹੀ ਰਹਿ ਲੈਂਦੇ ਆ ਤੇ ਇਧਰੋਂ ਹੀ 2 ਵੀਕ ਇਧਰੋਂ ਹੀ ਚਲੇ ਜਾ ਕੇ ਇੱਥੋਂ ਸਿੱਧੇ ਕੈਨੇਡਾ ਨੂੰ ਚਲ ਜਾਂਦੇ, ਯਾਨੀ ਦਿਲ ਲੱਗ ਗਿਆ ਉਹਨਾਂ ਦਾ। ਬਹੁਤ ਵਧੀਆ, ਵਿਕਾਰ ਦਾ ਵਿਕਾਰ ਬਹੁਤ ਵਧੀਆ, ਪਸ਼ੂ ਪਾਵੀ ਦੇਖਿਆ ਬਹੁਤ ਖੁਸ਼ੀ ਹੋਈ ਆ। ਤੇ ਪਹਿਲੇ ਟੀਵੀ ਤੇ ਦੇਖਦੇ ਸੀ, ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਓਰੀਜਨਲ 'ਚ ਦਿਖਾ ਦਈਏ, ਸਪੈਸ਼ਲ ਆ ਮੁੰਡਾ ਦੇਖਣ ਆਇਆ ਜਿਹੜਾ ਹੁਣ ਬੋਲਦਾ ਨਹੀਂ ਤੇ ਨਾ ਹੀ ਇਹਨੇ ਕੁਝ ਖਾਧਾ, ਮੈਨੂੰ ਬਹੁਤ ਅੱਛਾ ਲੱਗਿਆ, ਵਧੀਆ ਲੱਗਦਾ ਆ। ਮੈਂ ਨਾ ਹੁਣ ਤੱਕ ਜਿੰਨੇ ਵੀ ਬੱਚੇ ਦੇਖੇ ਆ ਉਹ ਅੱਜ ਤੱਕ ਬੋਲਦੇ ਆ ਜਿੱਦਾਂ ਲਾਈਕ ਮੈਂ ਖਾਣ ਨੂੰ ਮੰਗਦਾ ਆ, ਮੈਂ ਇੰਜ ਕਰਦਾ ਆ। ਆ ਮੁੰਡੇ ਦੀ ਮੈਨੂੰ ਪੰਜਾਬੀ ਵਧੀਆ ਲੱਗੀ, ਮਤਲਬ ਸੇਮ ਜਿਵੇਂ ਅਸੀਂ ਬੋਲਦੇ ਆ ਉਂਝ ਦਾ ਹੀ ਲਹਿਜਾ ਆ, ਕੋਈ ਇੰਜ ਨਹੀਂ ਜਿੱਦਾਂ ਲਾਈਕ ਤੇ ਜਿੱਦਾਂ ਲਾਈਕ। ਹਾਂ ਇਹ ਨਹੀਂ ਮੰਗਦਾ, ਇਹ ਚੰਗੇ ਘਰ ਦਾ ਤਾਂ ਨਹੀਂ ਮੰਗਦਾ। ਹਾਂ ਤੇ ਸੇਮ ਉਹ ਬਾਬਾ ਜੀ ਨਾਲ ਲੱਗੇ ਗੱਲ ਹੋ ਰਹੀ ਸੀ, ਸੋਰੀ ਬਾਬਾ ਜੀ ਨਹੀਂ ਕਹਿਣਾ, ਉਹ ਲੜ ਪੈਂਦੇ ਨੇ ਕਿਉਂਕਿ ਹਲੇ ਉਹ ਯੰਗ ਨੇ। ਅਸੀਂ ਨਹੀਂ ਲੜਦੇ, ਅਸੀਂ ਉਹਨਾਂ ਵਿੱਚ ਨਹੀਂ, ਅਸੀਂ ਬਾਬਾ ਜੀ ਕਬੋ ਜੋ ਮੈਂ ਬਾਬਾ ਜੀ।
ਮੈਂ ਕਿਹਾ ਕਿਤੇ ਲੜਾਈ ਨਾ ਹੋ ਪਵੇ। ਅੱਛਾ ਅੱਛਾ, ਤੇ ਉਹ ਗੱਲ ਕਰ ਰਹੇ ਸੀ, ਕਹਿੰਦੇ ਕਿ ਬੱਚਿਆਂ ਨੂੰ ਉੱਥੇ ਪਹਿਲਾਂ ਅਸੀਂ ਖਾਲਸਾ ਸਕੂਲ ਪੜ੍ਹਾਇਆ, ਉੱਥੇ ਉਹਨਾਂ ਪੰਜਾਬੀ ਪੜ੍ਹੀ, ਸਭ ਕੁਛ ਕੀਤਾ, ਅਤੇ ਜਿਹਦੇ ਕਰਕੇ ਪੰਜਾਬੀ ਉਹ ਐਡੀ ਵਧੀਆ ਬੋਲਦੇ ਆ, ਜਿੱਦਾਂ ਲਾਈਕ ਇਹਨਾਂ ਦੀ ਪੰਜਾਬੀ ਬਹੁਤ ਵਧੀਆ ਆ, ਹੈ ਨਾ। ਅੱਛਾ ਚਲੋ, ਅੱਛਾ ਅੱਛਾ, ਹਾਂ ਨਾਲੇ ਘਰ ਬੋਲਣਾ, ਜੇ ਤੁਸੀਂ ਬਾਹਰ ਸਿੱਖੋ ਜੋ ਮਰਜ਼ੀ ਸਿੱਖੋ, ਇੰਗਲਿਸ਼ ਸਿੱਖੋ, ਜਿੱਥੇ ਦੀ ਜਿਹੜੀ ਲੈਂਗੁਏਜ ਆ ਸਿੱਖੋ, ਕਿਉਂਕਿ ਬਾਹਰ ਤੁਸੀਂ ਘੁੰਮਣਾ ਫਿਰਨਾ ਵਧੀਆ, ਪਰ ਜਦੋਂ ਤੁਸੀਂ ਘਰ ਆਪਣਿਆਂ ਨਾਲ ਬੋਲਦੇ ਹੋ, ਉਹ ਆਪਣੀ ਮਾਂ ਬੋਲੀ ਬੋਲੋ, ਕਿਉਂਕਿ ਅਸੀਂ ਜ਼ਬਾਨ ਵਾਲੇ ਹਾਂ, ਬੇਜ਼ਬਾਨ ਹੈ ਨਹੀਂ। ਆਪਣੇ ਘਰਦਿਆਂ ਨਾਲ, ਆਪਣੇ ਭੈਣ ਭਰਾਵਾਂ ਨਾਲ ਆਪਣੀ ਮਾਂ ਬੋਲੀ 'ਚ ਗੱਲ ਕਰੋ। ਬਾਹਰ ਤਾਂ ਚਲੋ ਇੱਕ ਰੀਤੀ ਰਿਵਾਜ਼ ਨੇ, ਦੁਨੀਆਂ ਦੇ ਮੁਤਾਬਕ ਉਹ ਸਾਨੂੰ ਲੈਂਗੁਏਜਾਂ ਬੋਲਣੀਆਂ ਪੈਂਦੀਆਂ, ਜਿਹੜੀ ਅਗਲੇ ਦੀ ਲੈਂਗੁਏਜ ਉਹ ਬੋਲੋ, ਪਰ ਜਦੋਂ ਘਰ ਤੁਸੀਂ ਉਦੋਂ ਤਾਂ ਆਪਣੀ ਮਾਂ ਬੋਲੀ ਬੋਲੋ। ਹਸਬੈਂਡ ਤੁਹਾਡੇ ਉੱਧਰ ਦੇ ਬੋਰਨ ਸੀ ਤੇ ਫੇਰ ਵੀ ਪਿਓਰ ਪੰਜਾਬੀ ਬੋਲਦੇ ਆ ਬੱਚੇ? ਹਾਂ। ਤੁਹਾਨੂੰ ਕਿੰਨੇ ਸਾਲ ਹੋ ਗਏ ਉੱਥੇ ਬਾਹਰ ਗਿਆ ਨੂੰ ਮਾਤਾ ਜੀ? ਮੈਨੂੰ ਹੋ ਗਏ 52 ਸਾਲ, ਇਹ ਡੇਢ ਸਾਲ ਬਾਅਦ ਮੇਰੇ ਤੋਂ ਚੱਲ 50 ਸਾਲ ਦੋ ਸਾਲ ਬਾਅਦ ਗਏ ਸੀ। ਹਾਂਜੀ, ਇਹਨੂੰ 50 ਸਾਲ ਹੋ ਗਏ। ਅੱਛਾ, ਮਾਤਾ ਜੀ ਅੱਗੇ ਦੱਸਦੇ ਪਏ ਸੀ, ਕਹਿੰਦੇ ਮੈਂ ਆਪੀ ਧਾਰਾਂ ਧੂਰਾਂ ਕੱਢ ਲੈਂਦੀ ਸੀ। ਮੈਂ ਕੱਢ ਲੈਂਦੀ ਸੀ। ਹਾਂ, ਮੈਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਬਹੁਤ ਧਾਰਾਂ ਕੱਢੀਆਂ। ਹਾਂਜੀ, ਐਵੇਂ ਕਾਹਨੂੰ ਕਹਿਣਾ, ਕੁਛ ਨਹੀਂ ਕੀਤਾ, ਪੱਠੇ ਵੀ ਪਾਏ ਸੀ, ਸਭ ਕੁਛ ਕੀਤਾ। ਤਾਂ ਹੀ ਬਸ ਫਿਰ ਜੋ ਬੰਦੇ ਨੇ ਕੀਤਾ ਹੋਏ ਨਾ, ਉਹ ਬੰਦੇ ਨੂੰ ਅਟਰੈਕਟਿਵ ਕਰਦਾ ਕਿ ਯਾਰ ਪਹਿਲਾਂ ਮੈਂ ਇੰਜ ਕਰਦਾ ਰਿਹਾ ਅਤੇ ਇੰਜ ਸੀ ਇੰਜ ਸੀ, ਫਿਰ ਜਦੋਂ ਬਾਹਰ ਕਿਤੇ ਜ਼ਿਆਦਾ ਟਾਈਮ ਰਵੇ ਤੇ ਉਹ ਫਿਰ ਚੀਜ਼ਾਂ ਮਿਸ ਕਰਦਾ ਹੈ। ਅਸੀਂ ਪਸ਼ੂ ਪਾਲ ਸਾਡੇ ਜਿੱਦਾਂ ਤੁਸੀਂ ਆ, ਚਲੋ ਇੰਨੇ ਤੁਹਾਡੇ ਦਾ ਬਹੁਤ ਲੰਬਾ ਆ ਨਾ ਕੰਮ। ਹਾਂਜੀ, ਸਾਡਾ ਕਾਰੋਬਾਰ ਹੀ ਹੈ ਵੀ ਅਸੀਂ 4-5 ਭਾਈਆਂ ਅਸੀਂ ਕਰਦੇ ਹੀ ਇਹ ਕੁਝ ਆ। ਪਰ ਅਸੀਂ ਵੀ 15-18-20 ਪਸ਼ੂ ਪਾਲ ਦੇ ਹੁੰਦੇ ਰੱਖੀਦੇ ਸੀ। ਹਾਂ, ਤੇ ਮੱਝਾਂ ਵੀ 5-6 ਮੱਝਾਂ ਹੁੰਦੀਆਂ ਸੀ, ਗਾਈਆਂ ਹੁੰਦੀਆਂ ਸੀ। ਹਾਂਜੀ, ਮਤਲਬ ਅਸੀਂ ਇੰਜ ਹੋ ਗਿਆ ਤੇ ਮੁੰਡੇ ਨੂੰ ਆਪਾਂ ਇੱਥੇ ਹੀ ਰੱਖ ਲੈਣਾ 5-6 ਦਿਨ, ਠੀਕ ਹੈ? ਪਾਈ ਜਾਏਗਾ ਪੱਠੇ, ਇੱਥੇ ਤਿੰਨ ਹੀ ਕੰਮ ਨੇ ਪੱਠੇ ਪਾਈ ਜਾਓ, ਮੱਝਾਂ ਨਵਾਈ ਜਾਓ ਤੇ ਗੋਹਾ ਸੱਟੀ ਜਾਓ। ਬਹੁਤ ਵਧੀਆ ਕੰਮ ਹੈ, ਬਹੁਤ ਵਧੀਆ ਕੰਮ ਹੈ। ਇਹ ਕੰਮ ਕੋਈ ਮਾੜਾ ਨਹੀਂ। ਹਾਂਜੀ, ਖੇਤੀਬਾੜੀ ਦਾ, ਪਸ਼ੂ ਪਾਲਾ, ਕਿੰਨੀਆਂ ਸੋਹਣੀਆਂ ਸੁਖਣਾ ਮੱਝਾਂ ਆ। ਹਾਂਜੀ, ਖੁਸ਼ੀ ਰੱਬ ਰੱਖੇ, ਮਿਹਨਤ ਵੀ ਬਹੁਤ ਆ ਬਈ ਸਾਡੀ। ਬਸ ਜੀ ਮਾਂ ਜੀ, ਮਿਹਨਤ ਦਾ ਹੀ ਫਲ ਹੈ। ਦੇਖੋ ਹੁਣ ਮੈਂ ਇੱਕ ਸਿੰਪਲ ਜੀ ਵੀਡੀਓ ਬਣਾਉਂਦਾ, ਮਤਲਬ ਆਪਣਾ ਕੰਮ ਕਰਦਾ ਵਾਂ। ਬਾਪੂ ਮੇਰਾ ਕਹਿੰਦਾ ਹੁੰਦਾ ਸੀ, ਪੁੱਤਰ ਕੰਮ ਆਪਣਾ ਤੇ ਬੱਲੇ ਬੱਲੇ ਲੋਕਾਂ ਦਾ, ਤੇ ਮੈਂ ਕਹਿੰਦਾ ਸੀ ਐਵੇਂ ਮਾਰੀ ਜਾਂਦਾ ਕੰਮ ਕਰਾਉਣ ਵਾਸਤੇ, ਮਤਲਬ ਕੰਮ 'ਚ ਕਿੱਥੇ ਬੱਲੇ ਬੱਲੇ ਲੋਕਾਂ ਦੀ। ਉਹ ਜਦੋਂ ਮੈਂ ਆਪਣੀਆਂ ਕੰਮ ਦੀਆਂ ਵੀਡੀਓ ਵਗੈਰਾ ਬਣਾਉਣ ਲੱਗਾ, ਉੱਧਰ ਬਾਹਰ ਬੈਠੇ ਬੰਦੇ ਦੇਖਦੇ ਸੀ ਜਾਂ ਇੱਧਰਲੇ ਬੰਦੇ, ਜਿਹਨੇ ਵੀ ਦੇਖਣਾ ਉਹਨੇ ਕਹਿੰਦਾ ਯਾਰ ਬੜਾ ਮਜ਼ਾ ਆਉਂਦਾ ਵੀਡੀਓ ਵੇਖਣ ਦਾ, ਬਹੁਤ ਵਧੀਆ ਵੀਡੀਓ ਹੁੰਦੀ ਹੈ। ਅਤੇ ਬੱਲੇ ਬੱਲੇ ਕਰਨ ਲੱਗ ਗਏ, ਫਿਰ ਪਤਾ ਲੱਗਾ ਕਿ ਵਾਕਈ ਕੰਮ ਆਪਣਾ ਅਤੇ ਬੱਲੇ ਬੱਲੇ ਲੋਕਾਂ। ਹਾਂ, ਕਿਉਂਕਿ ਮੈਂ ਕਿਸੇ ਨੂੰ ਕੀ ਕਹਿੰਦਾ ਜਾਂ ਮੈਂ ਕਿਸੇ ਨੂੰ ਕੀ ਦੇ ਦੇਣਾ, ਵੇਖ ਕੇ ਲੋਕ ਖੁਸ਼ ਹੋ ਜਾਂਦੇ ਨੇ, ਯਾਰ ਕੰਮ ਬਹੁਤ ਅੱਛਾ ਤੁਹਾਡਾ, ਬਹੁਤ ਅੱਛਾ, ਮਿਹਨਤ ਕਰਦੇ ਹੋ ਜਾਂ ਇੰਜ ਕਰਦੇ ਹੋ। ਹਾਂਜੀ, ਦੇਖ ਕੇ ਮਿਹਨਤ ਕਰਦੇ ਆ, ਪੱਠੇ ਪਾਉਂਦੇ ਆ। ਹਾਂਜੀ, ਆਪਣਾ ਕਰਦਾ ਕੰਮ ਆ, ਕੋਈ ਮਿਹਣਾ ਨਹੀਂ। ਹਾਂਜੀ, ਬਹੁਤ ਵਧੀਆ ਜੀ, ਤੁਸੀਂ ਮਸ਼ੀਨਰੀ ਬੜੀ ਰੱਖੀ, ਪਸ਼ੂ ਪੱਠੇ ਵੱਢਣ ਲਈ ਬੜੀ ਸੋਹਣੀ ਮਸ਼ੀਨ ਲਈ, ਉਹਦੀ ਬੜੀ ਸਹੂਲਤ ਆ। ਸੋਨ ਭਾਦਰੋਂ ਦੇ ਵਿੱਚ ਜਦੋਂ ਮੀਂਹ ਪੈਂਦੇ ਨੇ ਨਾ, ਉੱਥੇ ਬੰਦੇ ਬੇਹੋਸ਼ ਹੋਣ ਵਾਲੇ ਹੋ ਜਾਂਦੇ ਨੇ ਜਦੋਂ ਪੱਠੇ ਵੱਢੀ ਦੇ ਨੇ। ਸਹੀ ਗੱਲ ਆ ਜੀ।
ਇਹ ਤੇ ਮਿਹਰਬਾਨੀ ਉਹ ਮਸ਼ੀਨ ਵਾਲਿਆਂ ਦੀ ਜਿਨ੍ਹਾਂ ਨੇ ਦੱਸਤਾ ਸੀ ਮਸ਼ੀਨ ਲੈਣ ਦੀ। ਹਾਂਜੀ ਚਲੋ ਜੀ ਬਹੁਤ ਵਧੀਆ ਲੱਗਿਆ, ਥੈਂਕ ਯੂ ਛੋਟੇ ਵੀਰ ਫਿਰ ਇੱਕ ਵਾਰੀ, ਰੱਬ ਰੱਖੇ ਸਲਾਮਤ ਤੇ ਮੁਲਾਕਾਤ ਆਉਣੀ ਆ। ਓਕੇ ਜੀ ਬਹੁਤ ਬਹੁਤ ਮਿਹਰਬਾਨੀ ਤੇ ਸਾਰਿਆਂ ਨੂੰ ਲਵ ਯੂ ਐ, ਮਿਲਦੇ ਆ ਇਨਸ਼ਾਅੱਲਾ ਅਗਲੀ ਵੀਡੀਓ ਚ। ਓਕੇ ਜੀ ਰੱਬ ਰੱਖੇ। ਅੱਛਾ ਇੱਕ ਗੱਲ ਆਪਾਂ ਪੁੱਛਣੀ ਹੈ, ਤੁਹਾਨੂੰ ਬੁਲਾਇਆ ਕਿਹਨੇ ਸੀ ਇੱਥੇ? ਸੋਰੀ ਆਪਾਂ ਇੱਕ ਵੀਡੀਓ ਚ ਗੱਲਾਂ ਬਾਤਾਂ ਪੁੱਛਣੀਆਂ ਭੁੱਲ ਗਏ ਸੀ। ਜਦੋਂ ਤੁਸੀਂ ਨਹੀਂ, ਜਦੋਂ ਤੁਸੀਂ ਆਏ ਸੀ ਤੁਹਾਨੂੰ ਕਿਸੇ ਨੇ ਕਿਹਾ ਨੀ ਕਿ ਨਾ ਜਾਓ ਉੱਥੇ, ਇੰਜ ਹੋ ਜਾ? ਬਹੁਤ ਕੁਛ ਕਹਿੰਦੇ ਸੀ ਭਾਈ ਤੁਸੀਂ ਜਾਓ ਨਾ। ਅਸੀਂ ਕਿਸੇ ਦਿਨ ਪਰਵਾਹ ਕੀਤੀ ਇਹਨਾਂ ਦੇ ਵੀਡੀਓ ਦੇਖ ਦੇਖ ਕੇ, ਅਸੀਂ ਸਿੱਧਾ ਹੀ ਫੋਨ ਇਹਨਾਂ ਨੂੰ ਕੀਤਾ, ਕਿਸੇ ਦੀ ਸਲਾਹ ਨਹੀਂ ਪੁੱਛੀ। ਅੱਛਾ ਮੇਰੀ ਨੌਂ ਨੇ ਸਿੱਧਾ ਹੀ ਫੋਨ ਕਰਕੇ ਗੱਲਬਾਤ ਕਰਕੇ ਆਪੇ ਦੇਖ ਲਓ ਸਾਡੀ ਇਹਨਾਂ ਦੋਨਾਂ ਦੀ ਮਿਹਰਬਾਨੀ ਜੀ, ਉਧਰ ਸਾਡੀ ਨੌਂ ਦੀ, ਉਧਰ ਵਿਕਾਸ ਹੈਦਰ ਦੀ, ਤੇ ਕਿਸੇ ਨੂੰ ਖਤਰਾ ਨਹੀਂ, ਆਓ ਇਹਦੇ ਨਾਲ ਰਸਤਾ ਕਾਇਮ ਕਰੋ। ਹਾਂਜੀ ਤੁਹਾਨੂੰ ਸਾਰੇ ਫਰਾਉਣਗੇ ਘੁਮਾਉਣਗੇ। ਚਲੋ ਜੀ ਵਿਕਾਸ ਭਾਈ ਤੁਸੀਂ ਆਪਣਾ ਨੰਬਰ ਦੱਸ ਦੋ, ਜਿਹੜੇ ਹੋਰ ਆਣਾ ਚਾਹ ਰਾਬਤਾ ਕਰ ਲੈਣ। +92 ਅੱਛਾ ਓਕੇ ਜੀ, ਮਿਲਦੇ ਹਾਂ ਅਗਲੀ ਵੀਡੀਓ ਚ, ਲਵ ਯੂ ਸਾਰਿਆਂ ਨੂੰ। ਓਕੇ ਮਾਤਾ ਜੀ ਖਿਆਲ ਰੱਖਣਾ ਆਪਣਾ, ਸ਼ੁਕਰੀਆ।